ਜ਼ਿਲ੍ਹਾ ਰੋਪੜ ਦੇ ਪਿੰਡ ਖੋਖਰ ਦੇ ਸਮੂਹ ਨੌਜਵਾਨਾਂ ਨੇ ਮਿਲ ਕੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਰਸਤਾਂ ਵੰਡੀਆਂ ਅਤੇ ਹੋਰਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੱਥੋਂ ਸਾਵਧਾਨੀਆਂ ਵੀ ਵਰਤਣ ਅਤੇ ਹੋਰ ਸਮਾਜ ਦਰਦੀ ਨੌਜਵਾਨ ਉਹਨਾਂ ਨਾਲ ਜੁੜਨ ਤੱਕ ਇਲਾਕੇ ਭਰ ਵਿੱਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ। ਨੌਜਵਾਨਾਂ ਦੇ ਇਸ ਉੱਦਮ ਦਾ ਸਮੂਹ ਨਗਰ ਨਿਵਾਸੀਆਂ ਅਤੇ ਬਿਕਰਮ ਸਿੰਘ ਪੰਜਾਬ ਪੁਲਿਸ ਅਤੇ ਖਾਲਸਾ ਟੀਵੀ ਚੈਨਲ ਨਿਊਜ਼ ਚੰਡੀਗੜ੍ਹ ਵੱਲੋਂ ਬਹੁਤ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਦੀ ਫਤਿਹ। ਅਸੀਂ ਪਿੰਡ ਪੁਰਖਰਾਂ ਦੇ ਵਿੱਚੋਂ ਜਿਹੜੀ ਨੌਜਵਾਨ ਸਭਾ ਆ, ਅਸੀਂ ਆਪਸ ਦੇ ਵਿੱਚ ਕੰਟਰੀਬਿਊਟ ਕਰਕੇ, ਜਿਵੇਂ ਤੁਹਾਨੂੰ ਪਤਾ ਹੁਣ ਕਰੋਨਾ ਜਿਹੜਾ ਇਹ ਟਾਈਮ ਚੱਲ ਰਿਹਾ ਆ, ਹੈ ਨਾ, ਉਹ 'ਚ ਕੰਟਰੀਬਿਊਟ ਕਰਕੇ ਅਸੀਂ ਜਿਹੜੇ ਪਿੰਡ ਦੇ ਲੋਕਾਂ ਦੇ ਵਿੱਚ ਜੋ ਵੀ ਜ਼ਰੂਰਤਮੰਦ ਨੇ, ਗਰੀਬ ਲੋਕ ਨੇ, ਉਹਨਾਂ ਦੇ ਲਈ ਜਿਹੜੇ ਸਾਨੂੰ ਲੱਗਦੇ ਨੇ ਕਿ ਜ਼ਰੂਰਤਮੰਦ ਨੇ, ਇਹਦੇ ਵਿੱਚ ਪਿੰਡ ਦੀ ਕਿਸੇ ਪੰਚਾਇਤ ਦਾ ਜਾਂ ਪੰਚਾਇਤ ਮੈਂਬਰ ਦਾ ਗੁਰਦੁਆਰਾ ਸਾਹਿਬ ਕਮੇਟੀ ਦਾ ਕਿਸੇ ਦਾ ਵਿੱਚ ਕੋਈ ਹੱਥ ਨਹੀਂ ਹੈਗਾ। ਅਸੀਂ ਜ਼ਰੂਰਤਮੰਦ ਲੋਕਾਂ ਦੇ ਲਈ 11 ਐਟਮਾਂ ਆ ਜਿਹੜੀਆਂ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਲੋੜ ਪੈਣ 'ਤੇ ਕੰਮ ਆਉਂਦੀਆਂ ਆ, ਉਹ ਅਸੀਂ ਪੈਸੇ ਇਕੱਠੇ ਕਰਕੇ ਲੈ ਕੇ ਆਏ ਹਾਂ। ਅਤੇ ਇਹਦੇ ਨਾਲ ਜਿਹੜੇ ਆਹ ਦੇਖੋ, ਜਿਵੇਂ ਕਿ ਮੁੰਡੇ ਹੁਣ ਤੁਹਾਡੇ ਸਾਹਮਣੇ ਸੇਵਾ ਕਰਨ ਲੱਗੇ ਹੋਏ ਆ, ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਆ ਦੇਖੋ ਸਾਰੇ ਸੇਵਾ ਕਰ ਰਹੇ ਹਾਂ। ਸਾਡਾ ਮਕਸਦ ਵੀਡੀਓ ਬਣਾਉਣ ਦਾ ਇਹ ਆ ਵੀ ਜਿਹੜਾ ਵੀ ਕੋਈ ਭਾਈ ਵੀਰ ਸੇਵਾ ਕਰਨੀ ਚਾਹੁੰਦਾ ਆ ਤਾਂ ਇਹਦੇ ਵਿੱਚ ਸਾਡੇ ਨਾਲ ਜੁੜ ਸਕਦਾ ਆ। ਇਹਦੇ ਵਿੱਚ ਅਸੀਂ ਪਿੰਡ ਦੇ ਮੁੰਡਿਆਂ ਨੇ ਆਪਸ ਵਿੱਚ ਕੰਟਰੀਬਿਊਟ ਕਰਕੇ ਇਹ ਜਿਹੜਾ ਆ ਪੈਸੇ ਇਕੱਠੇ ਕਰਕੇ ਇਹ ਸਾਰਾ ਰਾਸ਼ਨ ਲਿਆਉਂਦਾ ਆ। ਅਸੀਂ ਆਪਣੇ ਪਿੰਡ ਵਿੱਚ ਨਹੀਂ ਬਲਕਿ ਸਾਡੇ ਪਿੰਡ ਦੇ ਜਿਹੜੇ ਨੇੜੇ ਜਿਹੜੇ ਸਾਡੇ ਹੋਰ ਵੀ ਜ਼ਰੂਰਤਮੰਦ ਪਿੰਡ, ਜਿਵੇਂ 3-4 ਪਿੰਡ ਜੋ ਵੀ ਨੇ, ਠੀਕ ਹੈ ਜੀ, ਉਹਨਾਂ ਵਿੱਚ ਵੀ ਅਸੀਂ ਰਾਸ਼ਨ ਵੰਡਣਾ ਆ। ਠੀਕ ਹੈ, ਉਸ ਮਕਸਦ ਦੇ ਲਈ ਇਹ ਵੀਡੀਓ ਬਣਾਈ ਜਾ ਰਹੀ ਆ। ਸੋ ਮੇਰਾ ਵੀਰ ਸਾਰੇ ਜਣੇ ਰਲ ਕੇ ਉਪਰਾਲਾ ਕਰ ਰਹੇ ਆ, NRI ਵੀਰ ਵੀ ਇਹਦੇ ਵਿੱਚ ਸਾਡੇ ਪਿੰਡ ਦੇ ਨਾਲ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਜਿਹੜੇ ਵੀਰਾਂ ਨੇ ਸਾਡੀ ਮਦਦ ਕੀਤੀ ਹੈ। ਹਾਂਜੀ, ਦੂਸਰੀ ਗੱਲ ਹੈ ਲਓ ਜੀ, ਹੁਣ ਮੈਂ ਤੁਹਾਨੂੰ ਦਿਖਾਉਣਾ ਆ ਜਿਹੜਾ ਜਿਹੜਾ ਚੀਜ਼ ਜੋ ਵੀ ਰਾਸ਼ਨ ਇਹਦੇ ਵਿੱਚ ਸਾਡੇ ਜਿਹੜੇ ਮੁੰਡੇ ਆ ਨੌਜਵਾਨ ਸਭਾ ਦੇ ਸਹਿਯੋਗ ਨਾਲ ਵੰਡਿਆ ਜਾ ਰਿਹਾ, ਜਿਵੇਂ ਕਿ ਤੁਸੀਂ ਦੇਖ ਸਕਦੇ ਇੱਥੇ ਚੀਨੀ, ਚਾਹ ਪੱਤੀ, ਸਬਜ਼ੀ, ਇਹਦੇ ਵਿੱਚ ਦਾਲਾਂ ਆ ਜੀ, ਸਾਬਣ ਹੈ ਵਗੈਰਾ, ਆਹ ਮਿਰਚ ਮਸਾਲੇ, ਨੂਣ, ਚਾਹ ਪੱਤੀ ਤੇ ਉਹ ਆਟਾ ਜੀ, ਘੀ ਹੈ, ਮਤਲਬ ਕਿ ਜਿਹੜੇ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਨੇ ਤੇ ਆਪਣੇ ਕੋਈ ਪੰਜਾਬੀ ਵੀਰ ਨੇ ਜਿਹੜੇ ਲੇਬਰ ਕਰਦੇ ਸੀਗੇ ਤੇ ਹੁਣ ਉਹਨਾਂ ਦਾ ਕੰਮ, ਮਤਲਬ ਕਿ ਕੰਮ ਇਹ ਕਰੋਨਾ ਜਿਹੜਾ ਜੋ ਵੀ ਲੋਕਡਾਊਨ ਹੋਣ ਤੋਂ ਬਾਅਦ ਕੰਮ ਬੰਦ ਹੋ ਚੁੱਕਿਆ ਹੈ, ਅਸੀਂ ਉਹਨਾਂ ਵੀਰਾਂ ਦੀ ਮਦਦ ਕਰ ਰਹੇ ਹਾਂ ਇਹ ਸਾਰੇ। ਠੀਕ ਹੈ ਜੀ, ਇਹਦੇ ਵਿੱਚ ਸਾਡੇ ਨਾਲ ਸਹਿਯੋਗ ਕੀਤਾ ਜਾਵੇ, ਵੱਧ ਤੋਂ ਵੱਧ ਜੁੜਿਆ ਜਾਵੇ, ਜਿਹੜਾ ਵੀ ਕੋਈ ਭਾਈ ਵੀਰ ਇਹਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦਾ ਜਿੱਥੇ ਤੱਕ ਸਾਡੀ ਵੀਡੀਓ ਜਾਊਗੀ। ਤੇ ਮੈਂ ਆਪਣਾ ਨੰਬਰ ਦੇਣ ਲੱਗਿਆ ਜੀ, ਨੰਬਰ ਨੋਟ ਕਰ ਲਿਓ, ਨੰਬਰ ਹੈਗਾ ਜੀ 9781058484। ਮੈਂ ਇੱਕ ਵਾਰ ਫਿਰ ਆਪਣਾ ਨੰਬਰ ਬੋਲਦਾ ਜੀ, 9781058484।